इस गीत दे नाल ही ए गल भी पुरानी हो गई है, जमाना बदल गया है। हुन जेड़ी कुड़ी फसलां दी राखी बैठदी है उसका नाम है साइंस, उसका नाम है टेक्नोलॉजी, उसका नाम है रिसर्च, उसका नाम है सावधानी। कुड़ी नू काबल बिठाया है पंजाब खेतीबाड़ी यूनिवर्सिटी दे विज्ञानिकां ने। इस खोज दे विस्तार नाल चर्चा करन लई अज 16 अगस्त मंगलवार नू PAU विच 2 दिना वर्कशॉप शुरू हुई, जिस विच भाग लैण लई माहर पुजे PAU वाइस चांसलर डॉक्टर बलदेव सिंह ढिल्लों इस मौके मुख मेहमान सन। ਫਰੀਕ ਵਾਲੇ ਪਾਸੇ ਸਭ ਤੋਂ ਪਹਿਲਾਂ ਤਾਂ ਡਿਪਾਰਟਮੈਂਟ ਨੂੰ ਅਤੇ ਮੇਰੇ ਸਾਥੀਆਂ ਨੂੰ ਬਹੁਤ ਬਹੁਤ ਵਧਾਈ ਔਰ ਮੈਨੀ ਮੈਨੀ ਥੈਂਕਸ। ਬੜਾ ਇੰਟਰੈਕਟ ਕਰਨ ਦਾ ਮੌਕਾ ਮਿਲਿਆ, ਬਹੁਤ ਕੁਛ ਸਿੱਖਣ ਦਾ ਮੌਕਾ ਮਿਲਿਆ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ। ਐਵਰੀ ਡੇ ਇਜ਼ ਅ ਲਰਨਿੰਗ ਡੇ ਔਰ ਇਟ ਵਾਜ਼ ਆਲਵੇਜ਼ ਪਲੇਅਰ ਟੂ ਅਟੈਂਡ ਦੀ ਮੀਟਿੰਗਸ। ਔਰ ਜਿੱਥੋਂ ਤੱਕ ਯੂਨੀਵਰਸਿਟੀ ਦਾ ਜਾਂ ਮੇਰਾ ਅਸੀਂ ਤਾਂ ਸਲਾਹ ਹੀ ਦੇ ਸਕਦੇ ਹਾਂ ਜਾਂ ਗਲਤੀਆਂ ਕਰ ਸਕਦੇ, ਮੈਂ ਤਾਂ ਇਕੱਲਾ ਗਲਤੀਆਂ ਕੱਢਣ ਪਿਆ। ਮੇਰੇ ਸਾਥੀ ਵਿੱਚ ਸਲਾਹ ਦੇਣ 'ਤੇ ਸੀ ਜਿਹੜਾ ਫੀਲਡ ਵਿੱਚ ਓਪਰੇਸ਼ਨਲਾਈਜ਼ ਕੀਤਾ ਵਾ ਉਹ ਤਾਂ 99% 98% ਡਿਪਾਰਟਮੈਂਟ ਨੇ ਕੀਤਾ, ਥੋੜ੍ਹਾ ਬਹੁਤਾ ਸਾਡੇ KVK ਵਾਲੇ ਕਰਦੇ ਰਹੇ। ਸੋ ਜਿਹੜੀ ਜੋ ਕੁਛ ਕੀਤਾ ਮੇਜਰ ਤੁਸੀਂ ਭੱਜ ਲੱਠ ਕੀਤੀ ਆ, ਡਾਕਟਰ ਸੁਖਦੇਵ ਸਿੰਘ ਖਾਸ ਕਰਕੇ ਡਾਕਟਰ ਸਾਹਿਬ ਵੀ ਆਪ ਜਾਂਦੇ ਰਹੇ। ਸੋ ਬਹੁਤ ਬਹੁਤ ਵਧਾਈ ਅਤੇ ਬਹੁਤ ਬਹੁਤ ਥੈਂਕਸ, ਬਹੁਤ ਬਹੁਤ ਸ਼ੁਕਰੀਆ। ਜੁਆਇੰਟ ਡਾਇਰੈਕਟਰ ਸਾਹਿਬਾਨ, ਡਿਪਟੀ ਡਾਇਰੈਕਟਰ ਸਾਹਿਬਾਨ, ਮੁੱਖ ਖੇਤੀਬਾੜੀ ਅਫਸਰ ਸਾਹਿਬਾਨ, ਖੇਤੀਬਾੜੀ ਅਫਸਰ ਅਤੇ ਖੇਤੀਬਾੜੀ ਵਿਕਾਸ ਅਫਸਰ ਜੋ ਸਾਰੇ ਮਹਿਕਮੇ ਤੋਂ ਆਏ ਨੇ ਉਹਨਾਂ ਦਾ ਇੱਥੇ ਪਹੁੰਚਣ 'ਤੇ ਹਾਰਦਿਕ ਸਵਾਗਤ ਕਰਦਾ। ਮੈਂ ਜੀ ਆਇਆਂ ਕਹਿੰਦਾ ਹਾਂ PAU ਦੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਸਾਡੇ KVK ਜਿਹੜੀ ਕਿ ਬਹੁਤ ਭਿਆਨਕ ਬਿਮਾਰੀ ਹੈ ਜਿਹਦੇ ਕਰਕੇ ਬਹੁਤ ਨੁਕਸਾਨ ਹੋ ਜਾਂਦਾ ਅਤੇ ਉਹਦੇ ਲਈ ਵੀ ਅਸੀਂ ਬਹੁਤ ਟਾਈਮਲੀ ਮੇਅਰ ਲੈ ਕੇ ਅਤੇ ਉੱਥੇ ਯੈਲੋ ਰਸਟ ਜਿਹੜੀ ਸੀਗੀ ਅਸੀਂ ਕੱਢੀ ਏਰੀਏ ਦੇ ਵਿੱਚ ਆਪਣੀ ਟੋਪੀਕੋਨਾਜੋਲ ਦੀ ਦਵਾਈ ਦਾ ਸਪਰੇਅ ਕਰਵਾ ਕੇ ਉੱਥੋਂ ਇੱਕ ਇੱਕ ਸਾਡੇ ਕੋਲ ਕੁਆਲਿਟੀ ਵੀਡ ਅਸੀਂ ਪ੍ਰੋਡਿਊਸ ਕਰਕੇ ਕਿਸਾਨਾਂ ਨੂੰ ਦਿੱਤੀ ਹੋਈ ਹੈ ਅਤੇ ਇਹਦੇ ਲਈ ਸਾਡੇ ਕੋਲ ਜ਼ਿਮੀਂਦਾਰਾਂ ਕੋਲ ਵੀ ਅਤੇ ਸਾਡੇ ਜਿਹੜੇ ਪ੍ਰੋਡਿਊਸਰ ਦੇ ਕੋਲ ਵੀ ਇਸ ਵਾਰ ਕੁਆਲਿਟੀ ਦਾ ਸੀਡ ਕਰਨਾਲ ਵੰਡ ਤੋਂ ਰਿਹਾ ਅਤੇ ਯੈਲੋ ਰਸਟ ਜਿਹੜੇ ਬਿਲਕੁਲ ਸਾਡਾ ਬਿਲਕੁਲ ਵਧੀਆ ਸੀਡ ਹੈ ਇਹਦੇ ਲਈ ਵੀ ਮਹਿਕਮਾ ਖੇਤੀਬਾੜੀ ਅਤੇ ਯੂਨੀਵਰਸਿਟੀ ਵਧਾਈ ਦੇ ਪਾਤਰ ਨੇ। ਕਹਿ ਸਕਦਾ ਕਿ 8-10 ਕੁਇੰਟਲ ਦੇ ਵਿੱਚ ਉਹ ਚਾਰ ਜਿਹੜੇ ਜ਼ਿਮੀਂਦਾਰ ਐਕਸਪੈਕਟ ਕਰ ਰਹੇ ਨੇ ਅਤੇ ਰੇਟ ਵੀ ਬਹੁਤ ਵਧੀਆ ਜ਼ਿਮੀਂਦਾਰਾਂ ਨੂੰ ਮਿਲ ਰਿਹਾ, ਜਿਹੜੇ ਵੀ ਜਿਹੜੀ ਕੋਟਨ ਆ ਰਹੀ ਆ 2-2 ਕੁਇੰਟਲ ਕੋਟਨ ਜੋ ਵੀ ਲਈ ਆ ਲੋਕਾਂ ਨੇ ਅਤੇ ਇਹਦੇ ਲਈ ਵੀ ਲੋਕ ਬਹੁਤ ਉਹ ਨੇ ਵੀ ਜਿਹੜੀ ਕੋਟਨ ਬੀਜੀ ਹੈ ਅਸੀਂ ਬਹੁਤ ਵਧੀਆ ਇਸ ਵੇਲੇ ਅਸੀਂ ਰਿਵਾਈਵਲ ਕੀਤੀ ਹੈ ਇਹਦੇ ਲਈ ਵੀ ਸਾਡਾ ਮਹਿਕਮਾ ਖੇਤੀਬਾੜੀ ਅਤੇ ਯੂਨੀਵਰਸਿਟੀ ਬਹੁਤ ਬਹੁਤ ਹੀ ਸ਼ਲਾਘਾ ਜੋ ਕੰਮ ਕੀਤਾ ਹੈ। ਅਸੀਂ ਆਮ ਕਹਿ ਲੈਂਦੇ ਹਾਂ ਕਿ ਫਸਲਾਂ ਦਾ ਝਾੜ ਬਹੁਤ ਜ਼ਿਆਦਾ ਹੈ ਅਤੇ ਜੇ ਮੈਂ ਤੁਹਾਨੂੰ ਥੋੜ੍ਹੀ ਜਿਹਾ ਕਿਉਂਕਿ ਅੱਗੇ ਡਬਲਿੰਗ ਆਫ ਫਾਰਮਿੰਗ ਇਨਕਮ 'ਤੇ ਵੀ ਆਪਾਂ ਨੇ ਆਉਣਾ ਕਿਉਂਕਿ ਪ੍ਰਧਾਨ ਮੰਤਰੀ ਜੀ ਨੇ 2022 ਤੱਕ ਆਪਾਂ ਨੂੰ ਇਹ ਕਿਹਾ ਵੀ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਸਾਡੇ ਜ਼ਿਮੀਂਦਾਰ ਦਾ ਪ੍ਰੋਫਿਟ ਆ ਡਬਲ ਹੋਣਾ ਚਾਹੀਦਾ ਅਤੇ ਇਹਦੇ ਜੇ ਅਸੀਂ ਝੋਨੇ ਕਣਕ ਅਤੇ ਮੱਕੀ ਦੀਆਂ ਫਸਲਾਂ ਦੀ ਗੱਲ ਕਰੀਏ ਤਾਂ ਸਾਡਾ ਜਿਹੜਾ ਅਮਰੀਕਾ ਦਾ ਝਾੜ ਹੈ ਅੱਜ ਦੀ ਡੇਟ ਦੇ ਵਿੱਚ 8,358 ਕਿਲੋ ਹੈ ਅਤੇ ਚੀਨ 7,443 ਕਿਲੋ ਕਣਕ ਲੈ ਰਿਹਾ ਹੈ ਅਤੇ ਜਦੋਂ ਕਿ ਪੰਜਾਬ ਦਾ 4,700 ਹੈ ਅਜੇ ਵੀ ਹਾਲੇ ਅਸੀਂ ਸਾਡਾ ਅਸੀਂ ਅੱਧ ਦੇ ਵਿੱਚ ਬੈਠੇ ਹਾਂ ਅਤੇ ਇਸੇ ਤਰ੍ਹਾਂ ਕਣਕ ਅਤੇ ਇਹ ਸੀਗਾ ਚਾਵਲਾਂ ਦਾ ਅਤੇ ਕਣਕ ਦਾ ਜਿਹੜਾ ਫਰਾਂਸ ਸਾਡੇ ਨਾਲੋਂ ਅੱਗੇ ਹੈ, UK ਸਾਡੇ ਨਾਲੋਂ ਅੱਗੇ ਹੈ, ਫਰਾਂਸ ਦੇ ਵਿੱਚ 7,799 ਕਿਲੋ ਹੈ, UK ਦਾ 6,652 ਕਿਲੋ ਹੈ ਅਤੇ ਪੰਜਾਬ ਦਾ 4,500 ਕਿਲੋ ਹੈ ਅਤੇ ਮੱਕੀ ਦਾ 80 ਏਕੜ ਝਾੜ ਫਰਾਂਸ ਦਾ 90,85 ਕਿਲੋ, ਕੈਨੇਡਾ ਦਾ 83,060 ਕਿਲੋ ਅਤੇ ਪੰਜਾਬ ਦਾ 3,700 ਕਿਲੋ ਹੈ। ਸਾਨੂੰ ਇਸ ਸੰਬੰਧ ਵਿੱਚ ਆਪਣੀ ਖੋਜ ਖਾਸ ਕਰਕੇ ਸਾਡੀਆਂ ਐਗਰੋ ਕਲਾਈਮੇਟ ਟੈਕਨੀਸ਼ੀਅਨਾਂ ਦੇ ਉੱਤੇ
ਲੋਕਾਂ ਨੂੰ ਦੇਖ ਲੈਣਾ ਚਾਹੀਦਾ ਕਿ ਅਸੀਂ ਆਪਣੇ ਐਗਰੋ ਕਲਾਈਮੇਟਿਕ ਕੰਡੀਸ਼ਨ 'ਤੇ ਇਸ ਝਾੜ ਨੂੰ ਲੈਣ ਲਈ ਕਾਮਯਾਬ ਹੋ ਸਕਦੇ ਹਾਂ ਅਤੇ ਇਹਦੇ ਬਾਰੇ ਸਾਨੂੰ ਜ਼ਰੂਰ ਸਾਡੇ ਸਾਇੰਸਦਾਨ ਨੇ ਇੱਥੇ ਸਾਨੂੰ ਵਰਕਸ਼ਾਪ ਦੇ ਵਿੱਚ ਦੱਸਣਾ ਚਾਹੀਦਾ ਕਿਉਂਕਿ ਸਾਨੂੰ ਜ਼ਿਮੀਂਦਾਰ ਆਮ ਪੁੱਛ ਲੈਂਦੇ ਨੇ ਵੀ ਜਿਹੜਾ ਬਾਹਰਲੇ ਮੁਲਕ ਇੰਨਾ ਝਾੜ ਲੈ ਰਹੇ ਨੇ ਅਤੇ ਤੁਸੀਂ ਵੀ ਜਲਦੀ ਪੱਕ ਜਾਂਦੀ ਹੋ 121 ਸਾਡੀ ਵਰਾਇਟੀ ਬਹੁਤ ਪਾਪੂਲਰ ਹੋ ਰਹੀ ਹੈ ਔਰ ਇਸ ਟਾਈਮ ਮੈਂ ਦੱਸ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਅਤੇ ਪੀਏ ਦੀ ਜਿਹੜੀ ਵਰਾਇਟੀਜ਼ ਨੇ 121 122 124 ਇਹਨਾਂ ਦੇ ਨੀਚੇ ਤਕਰੀਬਨ 54% ਏਰੀਆ ਇਸ ਟਾਈਮ ਮਤਲਬ ਇਟਸ ਰੀਅਲੀ ਫਸਟ ਟਾਈਮ ਹੋਇਆ ਵੀ ਇੰਨਾ ਜ਼ਿਆਦਾ ਏਰੀਆ ਪੀ ਓ ਈ ਦੇ ਰਿਕਮੈਂਡੇਡ ਵਰਾਇਟੀ ਦੇ ਨੀਚੇ ਆ ਗਿਆ ਔਰ ਆਪਾਂ ਨੂੰ ਜਿਵੇਂ ਸਾਡੇ ਵੀ ਸਾਹਿਬ ਕਈ ਵਾਰੀ ਕਹਿੰਦੇ ਨੇ ਪ੍ਰੋਫਿਟੇਬਿਲਿਟੀ ਵਾਲੇ ਦੇਖਣਾ ਚਾਹੀਦਾ ਵੀ ਕੀ ਆਪਾਂ ਲੋਂਗ ਡਿਊਰੇਸ਼ਨ ਵਰਾਇਟੀ ਨੂੰ ਜਿੰਨਾ ਪਾਣੀ ਜੋ ਕੁਛ ਕਰ ਰਹੇ ਹੈਗੇ ਆ ਜੋ ਉਹਦੀ ਕੀਮਤ ਕੈਲਕੂਲੇਟ ਕਰੀ ਕੀ ਆਪਾਂ ਉਹਦਾ ਬੈਨੀਫਿਟ ਹੁੰਦਾ ਕਿ ਨਹੀਂ ਹੁੰਦਾ ਐਂਡ ਦੈਨ ਹੀ ਵੈਂਟ ਫਾਰ ਐਮ ਐਸ ਸੀ ਹਾਰਟੀਕਲਚਰ ਐਂਡ ਆਈ ਵੈਂਟ ਫਾਰ ਐਮ ਐਸ ਸੀ ਐਗਰੀਕਲਚਰ ਇਕਨੋਮਿਕਸ ਸੋ ਮੈਂ ਮਹਿਸੂਸ ਕਰਦਾ ਹਾਂ ਕਿ ਥੋੜ੍ਹੀ ਜਿਹੀ ਕਲੋਜ਼ਨੈਸ ਹੋਣ ਕਰਕੇ ਜੋ ਮੇਰੇ ਦਿਲ ਵਿੱਚ ਰਹਿੰਦਾ ਹੈ ਮੈਂ ਵੀ ਉਹਨਾਂ ਨੂੰ ਕਹਿ ਸਕਦਾ ਹਾਂ ਲਿਬਰਟੀ ਵੀ ਲੈ ਸਕਦਾ ਹਾਂ ਅਤੇ ਉਹ ਵੀ ਮੇਰੇ ਨਾਲ ਲਿਬਰਟੀ ਲੈ ਸਕਦੇ ਹਨ ਇਸ ਕਰਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹ ਇਸ ਫੰਕਸ਼ਨ ਦੇ ਵਿੱਚ ਆਏ ਕੀ ਟਾਰਗੇਟਸ ਨੇ ਕੀ ਸਾਡੀ ਐਗਰੀਕਲਚਰ ਡਿਵੈਲਪਮੈਂਟ ਦੇ ਕੀ ਇਸ਼ੂਜ਼ ਨੇ ਕਿਸ ਕਿਸਮ ਦੀ ਰਿਸਰਚ ਉਹ ਸਾਡੇ ਵਿਗਿਆਨੀਆਂ ਤੋਂ ਚਾਹੁੰਦੇ ਹਨ ਉਹਨਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਮੈਂ ਸਾਡੇ ਡੀਨਸ ਡਾਇਰੈਕਟਰਸ ਐਂਡ ਆਫਿਸਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਹਾਂ ਜੋ ਕਿ ਇਸ ਵਰਕਸ਼ਾਪ ਦੇ ਵਿੱਚ ਆਏ ਨੇ